ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਬਾਬਾ ਫਰੀਦ ਇੰਸਟੀਚਿਊਟ ਵੱਲੋਂ ਫੀਸਾਂ ਨੂੰ ਲੈ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਪੂਰੀ ਫੀਸ ਮੰਗੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਗਈ ਹੈ, ਉਹ ਸਿਰਫ ਟਿਊਸ਼ਨ ਫੀਸ ਭਰਨ ਲਈ ਹੀ ਤਿਆਰ ਹਨ ਅਤੇ ਕਿਹਾ ਕਿ ਜਦੋਂ ਕਾਲਜ ਹੀ ਨਹੀਂ ਗਏ ਤਾਂ ਦੂਸਰੇ ਖਰਚੇ ਕਿਉਂ ਭਰਨ। ਸਗੋਂ ਉਹਨਾਂ ਨੂੰ ਸਕੂਲ ਵਾਲੇ ਲਾਲਚ ਵੀ ਦੇ ਰਹੇ ਹਨ ਕਿ ਫੀਸ ਭਰ ਦਵੋ, ਬਾਅਦ ਵਿੱਚ ਫੀਸ ਵਾਪਸ ਕਰ ਦਿੱਤੀ ਜਾਵੇਗੀ, ਜਦਕਿ ਅਦਾਲਤ ਦੇ ਵਿੱਚ ਫੀਸਾਂ ਸੰਬੰਧੀ ਮਾਮਲਾ ਪੈਂਡਿੰਗ ਪਿਆ ਹੈ, ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਫੀਸਾਂ ਦਾ ਮਸਲਾ ਜੇ ਹੱਲ ਨਾ ਹੋਇਆ ਤਾਂ ਉਹ ਪੰਜ ਪੰਜ ਵਿਦਿਆਰਥੀ ਵਾਰੀ ਵਾਰੀ ਕਾਲਜ ਅੱਗੇ ਧਰਨਾ ਦੇਣਗੇ। ਜੇ ਫਿਰ ਵੀ ਹੱਲ ਨਾ ਹੋਇਆ ਤਾਂ ਉਹ ਯੂਨੀਅਨਾਂ ਦੇ ਨਾਲ ਸੰਪਰਕ ਕਰਕੇ ਇਕੱਠੇ ਹੋ ਕੇ ਧਰਨਾ ਦੇਣਗੇ। ਮੰਗ ਜਿਹੜੀ ਸਾਡੀ ਮੇਨ ਮੰਗ ਹੈ ਜੀ, ਇਹੀ ਆ ਵੀ ਰਾਤ ਜੋ ਸਟੂਡੈਂਟ ਨੇ ਜਿੰਨੀ ਵੀ ਮਿਹਨਤ ਕੀਤੀ ਹੈ ਨਾ, ਕੈਪਟਨ ਸਾਹਿਬ ਤੱਕ ਗੱਲ ਪਹੁੰਚੀ, ਪੰਜਾਬ ਦੇ ਸੀ ਐੱਮ ਸਾਹਿਬ ਤੱਕ ਗੱਲ ਗਈ, ਠੀਕ ਹੈ। ਰਾਤ ਸੀ ਐੱਮ ਸਾਹਿਬ ਨੇ ਖੁਦ ਮਤਲਬ ਜੋ ਲਾਈਵ 'ਚ ਹੋ ਕੇ ਮਤਲਬ ਆਸਕਮੀ ਕੈਪਟਨ ਉਹ 'ਚ ਲਾਈਵ ਹੋ ਕੇ ਸਪੈਸ਼ਲ ਬਕਾਇਦਾ ਸਾਡੇ ਕਾਲਜ ਦਾ ਨਾਂ ਲੈ ਕੇ ਕੈਪਟਨ ਸਾਹਿਬ ਨੇ ਕਿਹਾ ਵੀ ਜਲਦੀ ਤੋਂ ਜਲਦੀ ਮਤਲਬ ਇਸ ਚੀਜ਼ 'ਤੇ ਐਕਸ਼ਨ ਲਿਆ ਜਾਓ, ਜੋ ਵੀ ਫੀਸਾਂ ਦੀ ਲੁੱਟ ਹੋ ਰਹੀ ਹੈ ਵੀ ਜੋ ਵੀ ਇੱਕ ਪ੍ਰਾਈਵੇਟ ਸੰਸਥਾ ਬਠਿੰਡੇ ਵਿੱਚ, ਅਤੇ ਬਕਾਇਦਾ ਸਾਡੇ ਕੋਲ ਵੀਡੀਓ ਵੀ ਪਈ ਹੈ ਕੈਪਟਨ ਸਾਹਿਬ ਦੀ ਹੈ ਨਾ। ਅਤੇ ਮੇਨ ਸਾਡੀ ਮੰਗ ਇਹੀ ਆ ਵੀ ਸਟੂਡੈਂਟ ਦਾ ਜਿਹੜਾ ਬਣਦਾ ਹੱਕ ਆ ਵੀ ਮਤਲਬ ਜਿੰਨੀ ਉਹ ਟਿਊਸ਼ਨ ਫੀਸ ਜਿੰਨਾ ਉਹ ਘਰ ਬੈਠ ਕੇ ਰੈਗੂਲਰ ਕਲਾਸਾਂ ਲਾ ਰਿਹਾ ਉਹਦੀ ਟਿਊਸ਼ਨ ਫੀਸ ਪੇ ਕਰਨ ਨੂੰ ਤਿਆਰ ਆ, ਜੋ ਅਦਰ ਫੰਡਸ ਆ ਠੀਕ ਆ, ਜੋ ਵੀ ਏ ਸੀ ਵਗੈਰਾ ਜਿੰਨੇ ਵੀ ਖਰਚੇ ਆ ਹੋਰ, ਉਹ ਕੋਈ ਸਟੂਡੈਂਟ ਪੇ ਨਹੀਂ ਕਰੂਗਾ। ਜਿਸ ਦਿਨ ਕਾਲਜ ਲੱਗਦਾ ਉਸ ਦਿਨ ਪੇ ਕਰਨ ਲਈ ਤਿਆਰ ਹੈ। ਜਿਹੜਾ ਫੇਕ ਲਿੰਕ ਜਨਰੇਟ ਕੀਤਾ ਗਿਆ ਸੀ, ਹਾਂਜੀ ਬਾਬਾ ਫਰੀਦ ਕਾਲਜ ਵੱਲੋਂ, ਹਾਂਜੀ ਉਹ ਸਾਡੇ ਕੋਲ ਬਕਾਇਦਾ ਪ੍ਰੂਫ ਪਿਆ, ਮਤਲਬ ਵੀ ਇਹਨਾਂ ਨੇ ਫੇਕ ਲਿੰਕ ਕ੍ਰੀਏਟ ਕੀਤਾ ਸੀਗਾ ਯੂਨੀਵਰਸਿਟੀ ਦਾ, ਉਹ 'ਚ ਕੋਈ ਉਹ ਨਹੀਂ ਸੀ, ਯੂਨੀਵਰਸਿਟੀ 'ਚ ਸਪੈਸ਼ਲ ਕਾਲ ਕੀਤੀ, ਇਹਨਾਂ ਨੇ ਨਾਮ ਲਿਆ ਯੂਨੀਵਰਸਿਟੀ ਦਾ, ਹਾਂ ਇਹਨਾਂ ਨੇ ਨਾਮ ਲਿਆ ਯੂਨੀਵਰਸਿਟੀ ਦਾ। ਜੇ ਹਜੇ ਵੀ ਤੁਹਾਡੀ ਪ੍ਰਦਰਸ਼ਨ ਤੋਂ ਬਾਅਦ ਵੀ ਮੰਗ ਪੂਰੀ ਨਹੀਂ ਹੁੰਦੀ, ਜੇ ਤੁਹਾਡੇ ਫੀਸਾਂ ਮਾਫ਼ ਨਹੀਂ ਹੁੰਦੇ, ਫਿਰ ਤੁਸੀਂ ਸਟੂਡੈਂਟਾਂ ਵੱਲੋਂ ਅਗਲਾ ਐਕਸ਼ਨ ਕੀ ਹੋਊ? ਅਗਲਾ ਐਕਸ਼ਨ ਜੀ, ਪਹਿਲਾਂ ਤਾਂ ਅਸੀਂ ਸੰਵਿਧਾਨਿਕ ਤੌਰ 'ਤੇ ਲੜਾਈ ਲੜਾਂਗੇ ਜੀ, ਜਿਵੇਂ ਕਿ ਪੰਜ ਬੰਦੇ ਤੋਂ ਵੱਧ ਇਕੱਠ ਨਹੀਂ ਹੋ ਸਕਦਾ, ਅਸੀਂ ਕਾਲਜ ਮੂਹਰੇ ਪੰਜ ਪੰਜ ਜਣੇ ਜਾ ਕੇ ਆਪਦਾ ਧਰਨਾ ਪ੍ਰਦਰਸ਼ਨ ਕਰਾਂਗੇ ਜੀ, ਠੀਕ ਹੈ। ਜੇ ਮੰਗਾਂ ਫਿਰ ਵੀ ਨਹੀਂ ਮੰਨਦੀਆਂ, ਫਿਰ ਸਾਨੂੰ ਜਿਹੜਾ ਕਦਮ ਚੱਕਣਾ ਪਊਗਾ ਵੀ ਸਾਨੂੰ ਪਾਰਟੀਬਾਜ਼ੀ ਵਾਲਾ ਕੰਮ ਕਹਿ ਲਓ ਜੀ, ਜਾਂ ਮਤਲਬ ਕੋਈ ਵੀ ਯੂਨੀਅਨਾਂ ਕਹਿ ਲਓ, ਸਾਨੂੰ ਐਡ ਕਰਨੀਆਂ ਪੈਣਗੀਆਂ ਵਿੱਚ, ਭਾਵੇਂ ਸਾਨੂੰ ਇਕੱਠ ਕਰਨਾ ਪਵੇ, ਉਹ ਅਸੀਂ ਕਰਨ ਲਈ ਤਿਆਰ ਹਾਂ। ਬਠਿੰਡਾ ਤੋਂ ਜੱਸੀ ਬਰਾੜ ਦੀ ਰਿਪੋਰਟ। ਜੇਕਰ ਤੁਸੀਂ ਦਿਮਾਗੀ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਯਾਦਦਾਸ਼ਤ ਕਮਜ਼ੋਰ ਹੋਣਾ, ਡਰ ਲੱਗਣਾ, ਉਦਾਸ ਰਹਿਣਾ, ਨੀਂਦ ਨਾ ਆਉਣਾ ਜਾਂ ਹਰ ਸਮੇਂ ਚਿੰਤਾ ਵਿੱਚ ਰਹਿਣਾ, ਤਾਂ ਅੱਜ ਹੀ ਮਿਲੋ ਡਾਕਟਰ ਲਲਿਤ ਵਰਮਾ ਨੂੰ। ਪਤਾ ਨੋਟ ਕਰੋ, ਵਰਮਾ ਆਯੁਰਵੇਦ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਫੋਨ ਨੰਬਰ 9814-6471, 9815-6471। ਹਰ ਸ਼ਨੀਵਾਰ ਡਾਕਟਰ ਲਲਿਤ ਵਰਮਾ ਨੂੰ ਸਬਜ਼ੀ ਮੰਡੀ ਨੇੜੇ ਪੈਟਰੋਲ ਪੰਪ ਨਵਾਂ ਸ਼ਹਿਰ ਮਿਲੋ।